ਇਹਦੇ ਕਾ ਲੇਖ ਸਟਾਰਟ ਕੀਤਾ ਸੀ ਮਿੱਠਤ ਨੀਵੀ ਨਾਨਕਾ ਗੁੰਚੀਆਂ ਤਰ ਇਹਦਾ ਲਾਸਟ ਪੈਰਾ ਆਪਾਂ ਕਰਨਾ ਸਭ ਤੋਂ ਪਹਿਲਾਂ ਜਾਣ ਪਛਾਣ ਕੀਤੀ ਜਿਹਦੇ ਵਿੱਚ ਦੱਸਿਆ ਕਿ ਮਨੁੱਖ ਇੱਕ ਸ੍ਰੇਸ਼ਟ ਜੀਵ ਹੈ ਜੋ ਕਿ ਇਸ ਦੁਨੀਆ ਵਿੱਚ ਆ ਕੇ ਆਪਣੇ ਮਕਸਦ ਨੂੰ ਭੁੱਲ ਗਿਆ ਦੁਨਿਆਵੀ ਪਦਾਰਥਾਂ ਵਿੱਚ ਮਸਤ ਹੋ ਕੇ ਮਿਠਾਸ ਤੇ ਨਿਮਰਤਾ ਦਾ ਗੁਣ ਗਵਾ ਬੈਠਾ। ਸੈਕਿੰਡ ਤੁੱਕ ਦਾ ਅਰਥ ਗੁਰੂ ਨਾਨਕ ਦੇਵ ਜੀ ਦੀ ਤੁੱਕ ਹੈ ਉਚਾਰੀ ਹੋਈ। ਨੈਕਸਟ ਹੈ ਮਿੱਠੇ ਤੇ ਕੌੜੇ ਬੋਲਾਂ ਦਾ ਕੀ ਅਸਰ ਸਾਡੇ ਸਰੀਰ ਤੇ ਪੈਂਦਾ ਹੈ ਸਾਡੀ ਆਤਮਾ ਤੇ ਪੈਂਦਾ ਹੈ। ਨੈਕਸਟ ਮਿਠਾਸ ਤੇ ਨਿਮਰਤਾ ਇੱਕ ਅਹਿਮ ਗੁਣ ਹੈ ਪਰ ਉੱਥੇ ਹੋਮੇ ਕੀ ਹੈ ਧੀਰਗ ਰੋਗ ਹੈ ਦਾਰੂ ਵੀ ਸਮਾਏ। ਹੋਮੇ ਇੱਕ ਬਹੁਤ ਵੱਡਾ ਰੋਗ ਹੈ ਉਹ ਰੁਕਾਵਟ ਹੈ ਨਿਮਰਤਾ ਦੇ ਰਾਹ ਵਿੱਚ ਚੰਗਿਆਈਆਂ ਦੇ ਰਾਹ ਵਿੱਚ ਰੁਕਾਵਟ ਹੈ। ਠੀਕ ਹੈ ਇਹਦੇ ਵਿੱਚ ਭਾਈ ਗੁਰਦਾਸ ਜੀ ਦੀ ਇੱਕ ਐਗਜ਼ਾਮਪਲ ਵੀ ਆਪਾਂ ਡਿਸਕਸ ਕੀਤੀ ਕਿਹਦੇ ਨਾਲ ਕੰਪੇਅਰ ਕੀਤਾ ਹੰਕਾਰੀ ਵਿਅਕਤੀ ਨੂੰ ਅੱਗ ਨਾਲ ਤੇ ਨਿਮਰ ਵਿਅਕਤੀ ਨੂੰ ਪਾਣੀ ਨਾਲ ਕਿਉਂਕਿ ਪਾਣੀ ਨੀਵੇਂ ਪਾਸੇ ਵੱਲ ਵਹਿੰਦਾ ਹੈ ਅੱਗ ਦੀਆਂ ਲਪਟਾਂ। ਨੈਕਸਟ ਲਿਖੋ ਨਿਮਰਤਾ ਦੇ ਲਾਭ ਮਿਠਾਸ ਤੇ ਨਿਮਰਤਾ ਦਾ ਲਾਭ ਕੀ ਹੋਏਗਾ ਜ਼ਿੰਦਗੀ ਵਿੱਚ ਵਿਚਰਦਿਆਂ ਮੀਨਸ ਯੈਸ ਮਿਠਾਸ ਤੇ ਨਿਮਰਤਾ ਧਾਰਨ ਕਰਦਿਆਂ ਜਾਂ ਜ਼ਿੰਦਗੀ ਵਿੱਚ ਵਿਚਰਦਿਆਂ ਮਿੱਠਾ ਤੇ ਨਿਮਰ ਬੋਲਣ ਵਾਲੇ ਮਿੱਠਾ ਤੇ ਨਿਮਰ ਬੋਲਣ ਵਾਲੇ ਵਿਅਕਤੀ ਨੂੰ ਹਰ ਪਾਸੇ ਵਡਿਆਈ ਮਿਲਦੀ ਹੈ ਹਰ ਪਾਸੇ ਵਡਿਆਈ ਮਿਲਦੀ ਹੈ। ਇਹ ਬਿਲਕੁਲ ਸਹੀ ਹੈ ਕਿ ਨਿਮਰਤਾ ਜਿਹੜੀ ਹੈ ਮਿਠਾਸ ਜਿਹੜੀ ਹੈ ਉਹ ਧਾਰਮਿਕ ਭਾਵਨਾ ਤੋਂ ਬਿਨਾਂ ਸਦਾਚਾਰਕ ਗੁਣਾਂ ਤੋਂ ਬਿਨਾਂ ਨਹੀਂ ਆ ਸਕਦੀ। ਹਰ ਪਾਸੇ ਵਡਿਆਈ ਦਾ ਪਾਤਰ ਬੰਦਾ ਪ੍ਰਸ਼ੰਸਾ ਦਾ ਪਾਤਰ ਬੰਦਾ ਹੈ। ਆਪਣੀ ਆਪਣੀ ਲੈਂਗੁਏਜ ਲਿਖੋ ਕੁਛ ਇੱਕ ਬੱਚੇ ਪ੍ਰਸ਼ੰਸਾ ਦਾ ਪਾਤਰ ਲਿਖੋ ਵਡਿਆਈ ਮਿਲਦੀ ਹੈ ਪ੍ਰਸ਼ੰਸਾ ਮਿਲਦੀ ਹੈ ਮਾਨ ਇੱਜ਼ਤ ਦਾ ਪਾਤਰ ਬੰਦਾ ਹੈ ਉਹ। ਪਰ ਇਹ ਵੀ ਗੱਲ ਸੱਚ ਹੈ ਸਦਾਚਾਰਕ ਗੁਣਾਂ ਤੋਂ ਬਿਨਾਂ ਧਾਰਮਿਕ ਭਾਵਨਾ ਤੋਂ ਬਿਨਾਂ ਸਦਾਚਾਰਕ ਗੁਣਾਂ ਤੋਂ ਬਿਨਾਂ ਧਾਰਮਿਕ ਭਾਵਨਾ ਤੋਂ ਬਿਨਾਂ ਨਹੀਂ ਆ ਸਕਦੀ। ਸਦਾਚਾਰਕ ਗੁਣ ਜਾਂ ਨੈਤਿਕ ਗੁਣਾਂ ਤੋਂ ਬਿਨਾਂ ਜਾਂ ਧਾਰਮਿਕ ਭਾਵਨਾ ਤੋਂ ਬਿਨਾਂ ਪੈਦਾ ਨਹੀਂ ਹੋ ਸਕਦੀ। ਹਜ਼ਰਤ ਮੁਹੰਮਦ ਕਬੀਰ ਇਹ ਵੀ ਗੱਲ ਸੱਚ ਹੈ ਕਿ ਨਿਮਰਤਾ ਤੇ ਮਿਠਾਸ ਧਾਰਮਿਕ ਭਾਵਨਾ ਅਤੇ ਸਦਾਚਾਰਕ ਗੁਣਾਂ ਤੋਂ ਬਿਨਾਂ ਪੈਦਾ ਨਹੀਂ ਹੋ ਸਕਦੀ ਨੈਤਿਕ ਗੁਣਾਂ ਤੋਂ ਬਿਨਾਂ। ਅਸੀਂ ਸਭ ਜਾਣਦੇ ਹਾਂ ਹਜ਼ਰਤ ਮੁਹੰਮਦ ਕਬੀਰ ਜੀ ਰਵਿਦਾਸ ਜੀ ਵੱਡੇ ਵੱਡੇ ਮਹਾਂਪੁਰਖ ਗੁਰੂ ਸਾਹਿਬਾਨ ਜਿਹੜੇ ਮਰਜ਼ੀ ਗੁਰੂ ਸਾਹਿਬਾਨ ਦੀ ਐਗਜ਼ਾਮਪਲ ਲੈ ਲਓ ਗੁਰੂ ਸਾਹਿਬਾਨ ਇਸ ਗੱਲ ਦੀ ਮਿਸਾਲ ਹਨ ਕਿ ਜ਼ਿੰਦਗੀ ਵਿੱਚ ਮਿੱਠਾ ਬੋਲਣਾ ਤੇ ਨੀਵਾਂ ਚੱਲਣਾ ਗੁਰੂ ਸਾਹਿਬਾਨ ਵੱਡੇ ਵੱਡੇ ਮਹਾਂਪੁਰਖ ਜਿਹੜੀ ਮਰਜ਼ੀ ਐਗਜ਼ਾਮਪਲ ਹੈ ਇੱਕ ਸੱਚੀ ਸੁੱਚੀ ਮਿਸਾਲ ਹਨ ਇਸ ਗੱਲ ਦੀ ਕਿ ਮਿਠਾਸ ਤੇ ਨਿਮਰਤਾ ਧਾਰਨ ਕਰਨ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਹੁੰਦਾ ਹੈ ਸਫਲ ਇਨਸਾਨ ਹੁੰਦਾ ਹੈ ਉਸਦਾ ਜੀਵਨ ਵਿੱਚ ਆਉਣਾ ਸਫਲ ਹੁੰਦਾ ਹੈ ਉਹਦਾ ਜੀਵਨ ਚ ਆਉਣਾ ਵੀ ਸਫਲ ਨਹੀਂ ਹੈ ਜਿਹੜਾ ਕੁਰਖਤ ਬੋਲਦਾ ਹੈ ਕੋੜੇ ਬੋਲ ਬੋਲਦਾ ਹੈ ਦੂਜਿਆਂ ਪ੍ਰਤੀ। ਅੱਛਾ ਇਹ ਦੱਸ ਸਕਦੇ ਹੋ ਕਿ ਕੋੜੇ ਬੋਲ ਕਿਹਨੂੰ ਆਉਂਦੇ ਨੇ ਬੋਲਣੇ ਜਿਹਦੇ ਵਿੱਚ ਕਿਹੜੀ ਭਾਵਨਾ ਹੁੰਦੀ ਹੈ ਯੈਸ ਕੱਲ ਦੀ ਕਲਾਸ ਚ ਆਪਾਂ ਡਿਸਕਸ ਕੀਤਾ ਸੀ ਜਿਸ ਵਿੱਚ ਕਿਹੜੀ ਭਾਵਨਾ ਹੁੰਦੀ ਮੈਂ ਦੀ ਭਾਵਨਾ ਇਸ ਗੱਲ ਨੂੰ ਅਸੀਂ ਸਭ ਸਮਝਦੇ ਹਾਂ ਕਿ ਜਿੱਥੇ ਮੈਂ ਹੋਏਗੀ ਉੱਥੇ ਨਿਮਰਤਾ ਨਹੀਂ ਆ ਸਕਦੀ ਮਿਠਾਸ ਤੇ ਨਿਮਰਤਾ ਨੂੰ ਧਾਰਨ ਕਰਨ ਲਈ ਮੈਂ ਦਾ ਤਿਆਗ ਕਰਨਾ ਬਹੁਤ ਜ਼ਰੂਰੀ ਹੈ।
ਗੁਰੂ ਸਾਹਿਬਾਨ ਵੱਡੇ ਵੱਡੇ ਮਹਾਂਪੁਰਖ ਇਸ ਗੱਲ ਦੀ ਸੱਚੀ ਸੁੱਚੀ ਮਿਸਾਲ ਹਨ ਕਿ ਮਿਠਾਸ ਤੇ ਨਿਮਰਤਾ ਧਾਰਨ ਕਰਨਾ ਹੀ ਜੀਵਨ ਵਿੱਚ ਆਉਣਾ ਸਫਲ ਹੋਣਾ ਹੈ। ਜੀਵਨ ਵਿੱਚ ਆਇਆ ਉਹਨਾਂ ਦਾ ਹੀ ਸਫਲ ਹੈ ਜਿਹੜੇ ਮਿਠਾਸ ਤੇ ਨਿਮਰਤਾ ਧਾਰਨ ਕਰਦੇ ਨੇ। ਮਿਠਾਸ ਤੇ ਹੁਣ ਸਾਰਾਂਸ਼ ਲਿਖੋ। ਸਾਰਾਂਸ਼ ਜਿਹੜਾ ਮਨ ਜਿੱਤੇ ਜਗਜੀਤ ਲੇਖ ਕੀਤਾ ਸੀ ਉਹਦਾ ਸਾਰਾਂਸ਼ ਮਨ ਜਿੱਤੇ ਜਗਜੀਤ ਤੇ ਲਿਸਨ ਬੇਟੇ, ਮਨ ਜਿੱਤੇ ਜਗਜੀਤ ਜਿਹੜਾ ਲੇਖ ਪਹਿਲਾਂ ਕੀਤਾ ਮਿੱਠਾ ਨੀਵੀਂ ਨਾਨਕਾ ਗੁੰਚ ਗਿਆ ਤੱਤ ਲੇਖ, ਇਹਨਾਂ ਦਾ ਸਾਰਾਂਸ਼ ਸੇਮ ਹੈ। ਸਾਰਾਂਸ਼ ਲਿਖੋ। ਗੁਰੂ ਜੀ ਦਾ ਉਪਦੇਸ਼ ਧਾਰਨ ਕਰਨ ਨਾਲ, ਗੁਰਬਾਣੀ ਨਾਲ ਜੁੜਨ ਨਾਲ, ਲਾਸਟ ਬੇਟੇ ਸਾਰਾਂਸ਼। ਬੱਚੇ ਇਸ ਤਰ੍ਹਾਂ ਨਹੀਂ ਹੈ, ਤੁਸੀਂ ਹੈਡਿੰਗ ਭਾਵੇਂ 10 ਹੈਡਿੰਗ ਬਣਾ ਲਓ ਲੇਖ ਦੇ, ਗਲਤ ਹੈ ਕਿ ਉਹਦੇ ਵਿੱਚ ਉਹਦੇ ਨਾਲ ਰਿਲੇਟਿਡ ਜਿਹੜੇ ਵਿਚਾਰ ਆਉਣੇ ਜ਼ਰੂਰੀ ਨੇ। ਇਹਦੇ ਵਿੱਚ ਮਿਠਾਸ ਤੇ ਨਿਮਰਤਾ ਤਾਂ ਮੇਨ ਪੁਆਇੰਟ ਹੀ ਇਹ ਹੈ ਕਿ ਪਹਿਲਾਂ ਇਹ ਤੁੱਕ ਕਿਹਦੀ ਉਚਾਰੀ ਹੋਈ ਹੈ, ਫਿਰ ਮਿੱਠੇ ਤੇ ਕੌੜੇ ਬੋਲਾਂ ਦਾ ਅਸਰ ਕੀ ਹੈ। ਮਿਠਾਸ ਇੱਕ ਅਹਿਮ ਗੁਣ ਹੈ, ਹੰਕਾਰ ਇੱਕ ਵੱਡਾ ਔਗੁਣ ਹੈ ਤੇ ਲਾਸਟ ਤੇ ਮਿਠਾਸ ਤੇ ਨਿਮਰਤਾ ਦੇ ਕੀ ਹਨ ਬੇਟੇ, ਲਾਭ ਕੀ ਹਨ। ਠੀਕ ਹੈ, ਲਾਸਟ ਤੇ ਸਾਰਾਂਸ਼ ਸਮਝ ਆ ਗਈ। ਇਸੇ ਤਰ੍ਹਾਂ ਹੀ ਮਨ ਜਿੱਤੇ ਜਗਜੀਤ ਕੀਤਾ ਸੀ, ਮਨ ਕੀ ਹੈ, ਮਨ ਤਿਸ਼ਨਾਵਾਂ ਦਾ ਦੇ ਵਿੱਚ ਘਿਰਿਆ ਹੋਇਆ, ਮਨ ਨੂੰ ਕਾਬੂ ਕਿਵੇਂ ਕਰਨਾ, ਮਨ ਨੂੰ ਕਾਬੂ ਕਰਨ ਦੇ ਢੰਗ ਕੀ ਨੇ ਤੇ ਜਿਹੜਾ ਕਾਬੂ ਹੋਇਆ ਮਨ ਹੈ ਉਹ ਕੀ ਹੈ, ਸੰਸਾਰ ਤੇ ਜਿੱਤ ਹਾਸਲ ਕਰਦਾ, ਫਿਰ ਸਾਰਾਂਸ਼ ਹੈ। ਲਾਸਟ ਸਾਰਾਂਸ਼, ਗੁਰੂ ਦਾ ਉਪਦੇਸ਼ ਧਾਰਨ ਕਰਨ ਨਾਲ, ਗੁਰਬਾਣੀ ਨਾਲ ਜੁੜਨ ਨਾਲ ਅਸੀਂ ਜਿੱਥੇ ਮਨ ਤੇ ਕਾਬੂ ਪਾ ਸਕਦੇ ਹਾਂ। ਮੈਂ ਦੋਨਾਂ ਦਾ ਸਾਰਾਂਸ਼ ਸੇਮ ਬਣਾ ਦੇਣਾ, ਮਨ ਤੇ ਕਾਬੂ ਪਾ ਸਕਦੇ ਹਾਂ, ਸੇਮ ਹੈ ਬੇਟੇ। ਮਨ ਤੇ ਜਿੱਥੇ ਕਾਬੂ ਆ ਗਿਆ ਉੱਥੇ ਨਿਮਰਤਾ ਤੇ ਮਿਠਾਸ ਆ ਗਈ। ਗੁਰਬਾਣੀ ਨਾਲ ਜੁੜ ਕੇ, ਮਹਾਂਪੁਰਖਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ, ਗੁਰੂ ਜੀ ਦਾ ਉਪਦੇਸ਼ ਧਾਰਨ ਕਰਨ ਨਾਲ ਅਸੀਂ ਆਪਣੇ ਮਨ ਤੇ ਕਾਬੂ ਪਾ ਸਕਦੇ ਹਾਂ, ਆਪਣੀਆਂ ਇੱਛਾਵਾਂ ਲਾਲਸਾਵਾਂ ਤੇ ਲਾਲਸਾਵਾਂ ਤੋਂ ਉੱਪਰ ਉੱਠ ਕੇ, ਇੱਛਾਵਾਂ ਲਾਲਸਾਵਾਂ ਸਦਰਾਂ ਉਮੰਗਾਂ, ਕੋਈ ਇੱਕ ਵਰਡ ਲਿਖ ਲਓ, ਸਦਰਾਂ ਉਮੰਗਾਂ, ਠੀਕ ਹੈ, ਤੇ ਕਾਬੂ ਪਾ ਕੇ ਇੱਕ ਸਹਿਜ ਅਵਸਥਾ ਧਾਰਨ ਕਰਨ ਵਾਲਾ ਵਿਅਕਤੀ, ਸਹਿਜ ਅਵਸਥਾ ਹੋਣੀ ਚਾਹੀਦੀ, ਸਹਿਜ। ਇਹ ਨਹੀਂ ਹੈ ਦੂਸਰਿਆਂ ਦੀ ਦੇਖਾ ਦੇਖੀ ਆਪਣੇ ਆਪ ਨੂੰ ਕਸ਼ਟ ਚ ਪਾਣਾ। ਇੱਕ ਸਹਿਜ ਅਵਸਥਾ ਵਿੱਚ ਵਿਚਰਨ ਵਾਲਾ ਵਿਅਕਤੀ, ਇਹ ਤਾਂ ਸੀ ਮਨ ਜਿੱਤੇ ਜਗਜੀਤ ਦੇ ਆਧਾਰ ਤੇ। ਹੁਣ ਨਾਲ ਹੀ ਮਿੱਠਾ ਨੀਵੀਂ ਨਾਨਕਾ ਦੀ ਇੱਕ ਲਾਈਨ ਲਿਖ ਲਓ, ਸਹਿਜ ਅਵਸਥਾ ਵਿੱਚ ਵਿਚਰਨ ਵਾਲਾ ਵਿਅਕਤੀ ਮਿਠਾਸ ਤੇ ਨਿਮਰਤਾ ਧਾਰਨ ਕਰਕੇ, ਦੋਨੋਂ ਲੇਖ ਦੇ ਵਿਚਾਰ ਹੋ ਗਏ ਬੇਟੇ ਸਾਰਾ, ਮਿਠਾਸ ਤੇ ਨਿਮਰਤਾ ਧਾਰਨ ਕਰਕੇ ਇੱਕ ਆਦਰਸ਼ ਜੀਵਨ ਜੀ ਸਕਦਾ ਹੈ, ਇੱਕ ਆਦਰਸ਼ ਜੀਵਨ ਜੀ ਸਕਦਾ ਹੈ। ਆਦਰਸ਼ ਜੀਵਨ ਜੀਉਣ ਵਾਲਾ ਵਿਅਕਤੀ ਨਾ ਕੇਵਲ ਆਪਣੀ ਜ਼ਿੰਦਗੀ ਵਿੱਚ ਸੱਚੀ ਖੁਸ਼ੀ ਲਿਆ ਸਕਦਾ, ਸਗੋਂ ਸਰਬੱਤ ਦੇ ਭਲੇ ਦੀ ਜਾਚਨਾ ਰੱਖਦਾ ਹੈ। ਇਹ ਜਿਹੜਾ ਮਰਜ਼ੀ ਲੇਖ ਆ ਜਾਣਾ, ਇਹ ਸਾਰਿਆਂ ਨੂੰ ਤੁਸੀਂ ਆਪਣੇ ਆਪ ਲਿਖਣਾ, ਠੀਕ ਹੈ। ਅਜਿਹਾ ਆਦਰਸ਼ਕ ਜੀਵਨ ਜੀਉਣ ਵਾਲਾ ਵਿਅਕਤੀ ਨਾ ਕੇਵਲ ਆਪਣੇ ਜੀਵਨ ਵਿੱਚ ਸੁੱਖਾਂ ਦੀ ਪ੍ਰਾਪਤੀ ਕਰਦਾ, ਸੱਚੀ ਖੁਸ਼ੀ ਹਾਸਲ ਕਰ ਸਕਦਾ, ਸਗੋਂ ਆਲੇ ਦੁਆਲੇ ਨੂੰ ਮਹਿਕਾ ਦਿੰਦਾ, ਦੂਸਰਿਆਂ ਨੂੰ ਵੀ ਪ੍ਰੇਰਦਾ ਹੈ, ਠੀਕ ਹੈ ਬੱਚੇ, ਬਲਕਿ ਹੋਰਾਂ ਨੂੰ ਵੀ ਆਪਣੀ ਸੰਗਤ ਦੇ ਨਾਲ ਤਾਰ ਦਿੰਦਾ ਹੈ, ਹੋਰਾਂ ਨੂੰ ਵੀ ਆਪਣੀ ਸੰਗਤ, ਆਪਾਂ ਕਹਿੰਦੇ ਆ ਨਾ ਜੈਸੀ ਸੰਗਤ ਵੈਸੀ ਰੰਗਤ,
ਦੂਸਰਿਆਂ ਨੂੰ ਵੀ ਤਾਰ ਦਿੰਦਾ ਹੈ। ਇਸ ਤਰ੍ਹਾਂ ਲਾਸਟ ਲਾਈਨ, ਮਨ ਤੇ ਕਾਬੂ ਪਾਉਣ ਵਾਲਾ ਵਿਅਕਤੀ, ਮਨ ਨੂੰ ਜਿੱਤਣ ਵਾਲਾ, ਮਨ ਨੂੰ ਕਾਬੂ ਕਰਨ ਵਾਲਾ ਜਾਂ ਮਨ ਨੂੰ ਜਿੱਤਣ ਵਾਲਾ। ਲਾਸਟ ਲਾਈਨ ਬੋਲੋ ਕੀ ਬੋਲੋ, ਜਿਹੜਾ ਇਨਸਾਨ ਆਦਰਸ਼ਕ ਜੀਵਨ ਜੀਉਣ ਵਾਲਾ ਹੋ ਜਾਂਦਾ ਉਹ ਕੇਵਲ ਆਪਣੇ ਜੀਵਨ ਵਿੱਚ ਸੱਚੀ ਖੁਸ਼ੀ ਹਾਸਲ ਨਹੀਂ ਕਰਦਾ, ਸਗੋਂ ਦੂਸਰਿਆਂ ਨੂੰ ਵੀ, ਦੂਸਰੇ ਵੀ ਉਸਦੀ ਸੰਗਤ ਵਿੱਚ ਆ ਕੇ ਤਰ ਜਾਂਦੇ ਹਨ। ਲਾਸਟ ਲਾਈਨ, ਇਸ ਤਰ੍ਹਾਂ ਮਨ ਤੇ ਜਿੱਤ ਹਾਸਲ ਕਰਨ ਵਾਲਾ, ਮਿਠਾਸ ਤੇ ਨਿਮਰਤਾ ਧਾਰਨ ਕਰਨ ਵਾਲਾ ਸੰਸਾਰ ਵਿੱਚ ਸਤਿਕਾਰ ਤੇ ਪ੍ਰਸੰਸਾ ਪ੍ਰਾਪਤ ਕਰ ਸਕਦਾ ਹੈ। ਕੋਟੇਸ਼ਨ ਲਿਖੋ ਲਾਸਟ, ਜਿਹੜਾ ਮਰਜ਼ੀ ਲੇਖ ਆ ਜਾਏ ਉਹ ਕੋਟੇਸ਼ਨ ਲਿਖਣੀ ਹੈ। ਸੱਚੇ ਮਾਰਗ ਚੱਲਦਿਆਂ, ਬੋਲੋ ਕੰਪਲੀਟ ਕਰੋ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਸਤਤ ਮੀਨਸ ਉਸਤਤ ਦੇ ਸਮਾਨ ਆਰਥਿਕ ਸ਼ਬਦ ਕਿੱਤੇ ਹੋਏ ਆ, ਵਡਿਆਈ, ਪ੍ਰਸੰਸਾ। ਉਸਤਤ ਕਰੇ ਜਹਾਨ, ਇਹਦਾ ਕੀ ਭਾਵ ਹੈ ਦੱਸ ਸਕਦੇ ਹੋ? ਸੱਚੇ ਮਾਰਗ ਚੱਲਦਿਆਂ, ਜਿਹੜਾ ਇਨਸਾਨ ਸੱਚ ਦੇ ਰਾਹ ਤੇ ਚੱਲਦਾ ਹੈ ਉਸਦੀ ਇਹ ਜਿਹੜੀ ਕੋਟੇਸ਼ਨ ਹੈ ਇਹ ਬੁੱਕ ਚ ਨਹੀਂ ਹੈ, ਇਹ ਜਿਹੜਾ ਮਰਜ਼ੀ ਲੇਖ ਆ ਜਾਏ ਤੁਕਾਂ ਦੇ ਆਧਾਰ ਤੇ ਲਿਖਣਾ। ਸੱਚਾਈ ਦਾ ਮਾਰਗ, ਠੀਕ ਹੈ, ਯੈਸ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਯੈਸ, ਹੁਣ ਆਪਾਂ ਕਵਿਤਾ ਸਟਾਰਟ ਕਰੀਏ। ਨਵੀਂ ਪੁਰਾਣੀ ਤਹਿਜ਼ੀਬ ਕਵਿਤਾ ਹੈ, ਯੈਸ ਬੇਟੇ, ਹੁਣ ਆਪਾਂ ਕਵਿਤਾ ਸਟਾਰਟ ਕਰਦੇ ਹਾਂ। ਸਾਹਿਤ ਮਾਲਾ ਬੁੱਕ ਵਿੱਚ ਨਵੀਂ ਪੁਰਾਣੀ ਤਹਿਜ਼ੀਬ ਤਹਿਜ਼ੀਬ ਦਾ ਮੀਨਿੰਗ ਦੱਸ ਸਕਦੇ ਹੋ? ਤਹਿਜ਼ੀਬ, ਲਿਆਕਤ, ਵੈਰੀ ਗੁੱਡ। ਕਵੀ ਬੋਲੋ ਕੌਣ ਹੈ? ਵਿਧਾਤਾ ਸਿੰਘ ਧੀਰ ਨਹੀਂ ਹੈ, ਤੀਰ, ਠੀਕ ਹੈ। ਹੁਣ ਪਹਿਲੇ ਕਵਿਤਾ ਦਾ ਜਿਹੜਾ ਟਾਈਟਲ ਹੈ ਨਾ ਉਹਨੂੰ ਸਮਝੀਏ। ਇਸ ਕਵਿਤਾ ਵਿੱਚ ਕਵੀ ਨੇ ਪੁਰਾਣੇ ਸਮੇਂ ਦੀ ਭਾਈਚਾਰਕ ਸਾਂਝ, ਪੁਰਾਣੇ ਸਮੇਂ ਦੀ ਸਾਦਗੀ, ਨੋਟ ਕਰੋ ਬੇਟੇ, ਪੁਰਾਣੇ ਸਮੇਂ ਦਾ ਪਿਆਰ, ਆਪਸੀ ਮੇਲ ਮਿਲਾਪ, ਸਾਂਝ, ਰਿਸ਼ਤਿਆਂ ਦੀ ਅਹਿਮੀਅਤ, ਉੱਚਾ ਸੁੱਚਾ ਜੀਵਨ ਦੀ ਗੱਲ ਕੀਤੀ ਹੈ, ਤੇ ਨਵੀਂ ਲਿਆਕਤ ਜੋ ਕਿ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਹੈ, ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਆਈ ਨਵੀਂ ਤਹਿਜ਼ੀਬ, ਉਹਦੇ ਨੁਕਸਾਨ ਕੀ ਹਨ? ਯੈਸ ਬੇਟੇ, ਨਵੀਂ ਤਹਿਜ਼ੀਬ ਜੋ ਕਿ ਪੱਛਮੀ ਪ੍ਰਭਾਵ ਹੇਠ ਹੈ, ਪੱਛਮੀ ਸਭਿਅਤਾ ਦਾ ਜਿਸ ਤੇ ਪ੍ਰਭਾਵ ਹੈ, ਜਿਸ ਵਿੱਚ ਅੱਜ ਕੱਲ੍ਹ ਦੇ ਬੱਚਿਆਂ ਦੀ ਬੋਲਚਾਲ, ਉਹਨਾਂ ਦਾ ਖਾਣ ਪਾਨ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਵਿਵਹਾਰ ਜਿਹੜਾ ਹੈ ਉਹ ਸੰਤੁਸ਼ਟੀ ਵਾਲਾ ਨਹੀਂ ਹੈ। ਇਹ ਤੁਸੀਂ ਆਪ ਵੀ, ਬੱਚੇ ਵੀ ਸਮਝਦੇ ਹੋਗੇ ਕਿ ਪੁਰਾਣੇ ਸਮੇਂ ਦੇ ਵਿੱਚ
ਜੀਵਨ ਕਿਹੋ ਜਿਹਾ ਸੀ ਆਪਣੇ ਵੱਡੇ ਵਡੇਰਿਆਂ ਦੇ ਨਾਲ ਅਸੀਂ ਜੇ ਡਿਸਕਸ ਕਰੀਏ ਉਹ ਦੱਸਣਗੇ ਕਿ ਥੋੜੇ ਪੈਸੇ ਚ ਵੀ ਗੁਜ਼ਾਰਾ ਕਰਕੇ ਸੱਚੀ ਖੁਸ਼ੀ ਮਿਲਦੀ ਸੀ। ਇੱਕ ਜੀ ਘਰ ਦਾ ਅਰਨ ਕਰਦਾ ਸੀ, ਕਮਾਉਂਦਾ ਸੀ, ਸਾਰੇ ਇਕੱਠੇ ਮਿਲ ਕੇ ਸਾਦਗੀ ਦੇ ਨਾਲ ਜ਼ਿੰਦਗੀ ਬਤੀਤ ਕਰਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੁੰਦੇ ਸਨ। ਇੱਕ ਵੱਡੇ ਦੀ ਘਰ ਵਿੱਚ ਬੜੀ ਇੱਜ਼ਤ ਸੀ, ਜਿਹੜੀਆਂ ਘਰ ਦੀਆਂ ਸੁਹਾਣੀਆਂ ਵੀ ਨੇ, ਘਰ ਦੀਆਂ ਔਰਤਾਂ ਵੀ ਨੇ, ਉਹ ਘਰ ਦਾ ਕੰਮ ਕਾਜ ਦੇ ਆਹਰ ਵਿੱਚ ਲੱਗੀਆਂ ਰਹਿੰਦੀਆਂ ਸਨ, ਬੜਾ ਸਾਦਾ ਜੀਵਨ ਬਤੀਤ ਕਰਦੀਆਂ ਸਨ। ਦੂਸਰੀ ਗੱਲ, ਰਿਸ਼ਤਿਆਂ ਨੂੰ ਉਸ ਸਮੇਂ ਲੋਕ ਸਮਝਦੇ ਸਨ, ਅਹਿਮੀਅਤ ਨੂੰ ਸਮਝਦੇ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਰਿਸ਼ਤਿਆਂ ਨੂੰ ਜਿਉਂਦੇ ਸਨ। ਅੱਜ ਜਿਹੜੇ ਰਿਸ਼ਤੇ ਨੇ ਪੈਸੇ ਦੇ ਵਿੱਚ ਤੁਲਦੇ ਨੇ। ਜਿਹਦੇ ਕੋਲ ਚਾਰ ਪੈਸੇ ਹਨ ਉਸ ਰਿਸ਼ਤੇ ਦੀ ਅਹਿਮੀਅਤ ਹੈ। ਜਿਸ ਰਿਸ਼ਤੇਦਾਰ ਕੋਲ ਪੈਸਾ ਨਹੀਂ ਉਹਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਪਹਿਲੇ ਸਮਿਆਂ ਦੇ ਵਿੱਚ ਉਹ ਕਹਿੰਦੇ ਸਾਦਾ ਜੀਵਨ, ਉੱਚਾ ਸੁੱਚਾ ਜੀਵਨ, ਪਰ ਪਿਆਰ, ਸਾਂਝ, ਭਾਈਚਾਰਾ, ਦੁੱਖ ਸੁੱਖ ਦੇ ਭਾਈਵਾਲ, ਕਲੀਅਰ ਹੈ, ਔਰ ਹੱਡ ਪਨਵੀ ਮਿਹਨਤ, ਜਾਨ ਮਾਰ ਕੇ ਕੰਮ ਕਾਜ ਕਰਨਾ ਤੇ ਜਿੰਨਾ ਅਰਨ ਕਰਨਾ ਉਹਦੇ ਵਿੱਚ ਗੁਜ਼ਾਰਾ ਕਰਨਾ। ਪਰ ਅੱਜ ਕੀ ਹੈ, ਸਰਮਾਏਦਾਰ ਵਰਗ, ਪੂੰਜੀਪਤੀ ਵਰਗ ਗਰੀਬਾਂ ਦਾ ਖੂਨ ਚੂਸ ਚੂਸ ਕੇ ਆਪਣੀਆਂ ਜੇਬਾਂ ਭਰ ਰਹੇ ਨੇ। ਉਹਨਾਂ ਦੇ ਜਿਹੜੇ ਗਰੀਬ ਨੇ, ਮਜ਼ਦੂਰ ਨੇ, ਉਹਨਾਂ ਦੇ ਮਿਹਨਤ ਦੇ ਸਿਰ ਤੇ ਐਸ਼ ਕਰ ਰਹੇ ਨੇ। ਇੱਕ ਕਵੀ ਨੇ ਬਹੁਤ ਸੁਣੀਆਂ ਲਾਈ ਨੇ, ਦੁਨੀਆਂ ਨੂੰ ਵਸਾਇਆ ਇਸ ਮਿਹਨਤ ਦੀ ਜਵਾਨੀ ਨੇ, ਭੁੱਖੀ ਮਰਦੀ ਰਹੀ ਹੈ ਮਿਹਨਤ ਦੀ ਜਵਾਨੀ। ਕਹਿੰਦਾ ਦੁਨੀਆਂ ਨੂੰ ਵਸਾਉਣ ਵਾਲੇ ਕੌਣ ਨੇ, ਮਿਹਨਤੀ ਮਜ਼ਦੂਰ ਲੋਕ, ਪਰ ਬਦਲੇ ਵਿੱਚ ਇਹਨਾਂ ਨੂੰ ਕਿਹੜਾ ਜੀਵਨ ਮਿਲਿਆ, ਭੁੱਖੀ ਹੀ ਮਰਦੀ ਰਹੀ, ਮਿਹਨਤ ਦੀ ਜਵਾਨੀ ਹੈ, ਭੁੱਖ ਨੰਗ ਗਰੀਬੀ ਕੰਗਾਲੀ ਦਾ ਜੀਵਨ, ਤੇ ਜੇਬਾਂ ਕੌਣ ਭਰਦੇ ਰਹੇ, ਸਰਮਾਏਦਾਰ ਵਰਗ। ਇਹ ਸਾਨੂੰ ਦੇਖਣ ਨੂੰ ਮਿਲਦਾ। ਅੱਜ ਦੇ ਸਮੇਂ ਦੀ ਲਿਆਕਤ ਇਹ ਹੈ, ਲਾਈਨ ਸੁਣੋ ਧਿਆਨ ਨਾਲ, ਇਸ ਕਵਿਤਾ ਦੇ ਵਿੱਚ ਨਵੀਂ ਤਹਿਜ਼ੀਬ ਤੇ ਪੁਰਾਣੀ ਤਹਿਜ਼ੀਬ ਦੇ ਵਿੱਚ ਕਵੀ ਵਿਧਾਤਾ ਸਿੰਘ ਧੀਰ ਨੇ ਪੁਰਾਣੇ ਤੌਰ ਤਰੀਕਿਆਂ, ਪੁਰਾਣੀ ਲਿਆਕਤ, ਪੁਰਾਣੀ ਬੋਲਚਾਲ, ਪੁਰਾਣੀ ਰਹਿਣੀ ਬਹਿਣੀ ਬੜੀ ਚੰਗੀ ਦੱਸੀ ਹੈ, ਬਹੁਤ ਹੀ ਚੰਗੀ ਦੱਸੀ ਹੈ। ਪਰ ਪੁਰਾਣੀ ਸਭਿਅਤਾ ਨੂੰ ਤਿਆਗ ਕੇ ਅਸੀਂ ਨਵੀਂ ਸਭਿਅਤਾ ਨੂੰ ਅਪਣਾਉਣ ਵਾਲੇ ਲਿਆਕਤ, ਬੋਲਚਾਲ ਸਭ ਕੁਝ ਭੁੱਲ ਗਏ। ਇਸ ਤੇ ਕਵੀ ਦੁੱਖ ਪ੍ਰਗਟ ਕਰਦਾ ਹੈ, ਕਵੀ ਦੁੱਖ ਪ੍ਰਗਟਾਉਂਦਾ ਹੈ। ਕਵੀ ਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਉਹ ਪੁਰਾਣੀ ਲਿਆਕਤ ਕਿੱਥੇ ਚਲੇ ਗਈ ਹੈ, ਕਿਤੇ ਪੰਖ ਲਾ ਕੇ ਉੱਡ ਗਈ ਹੈ। ਕਵਿਤਾ ਦੀਆਂ ਲਾਈਨ ਸੁਣੋ, ਫਸਟ ਪੈਰਾ, ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ। ਇਸ ਵਿੱਚ ਕਵੀ ਵਿਧਾਤਾ ਸਿੰਘ ਧੀਰ ਪੁਰਾਣੀ ਤੇ ਨਵੀਂ ਤਹਿਜ਼ੀਬ ਦੀ ਗੱਲ ਕਰਦਾ ਹੋਇਆ ਸਮਝਾਉਂਦਾ ਹੈ ਕਿ ਜਿਹੜਾ ਸਮਾਂ ਬੀਤ ਜਾਂਦਾ ਹੈ, ਤੁਸੀਂ ਸਭ ਸਮਝਦੇ ਹੋ ਸਮੇਂ ਦੀ ਕਦਰ, ਕਵਿਤਾ ਵੀ ਪੜ੍ਹੀ ਹੈ ਸਮੇਂ ਦੀ ਸੰਭਾਲ, ਸਮਾਂ ਕਵਿਤਾ ਪੜ੍ਹੀ ਹੈ ਨਾ, ਜਿਹੜਾ ਸਮਾਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ, ਬੀਤਿਆ ਸਮਾਂ ਕਦੀ ਵੀ ਵਾਪਸ ਨਹੀਂ ਆਉਂਦਾ, ਤੇ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ ਉਹ ਟੱਕਰਾਂ ਜੋਗੇ ਰਹਿ ਜਾਂਦੇ ਨੇ, ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ, ਘੜੀ ਦਾ ਕੁੱਥਾ ਸੋਕੋ ਤੇ ਜਾ ਪੈਂਦਾ ਹੈ ਜਿਹੜਾ ਸਮੇਂ ਨੂੰ ਗਵਾ ਲੈਂਦਾ ਹੈ। ਫਸਟ ਲਾਈਨ ਕਲੀਅਰ ਹੋਈ? ਇਸ ਵਿੱਚ ਕਵੀ ਨੇ ਪੁਰਾਣੀ ਤੇ ਨਵੀਂ ਤਹਿਜ਼ੀਬ ਦੀ ਗੱਲ ਕਰਦਿਆਂ ਸਮਝਾਇਆ ਹੈ ਕਿ ਜਿਹੜਾ ਸਮਾਂ ਤੋਂ ਨਿਕਲ ਜਾਂਦਾ ਹੈ ਉਹ ਕਦੀ ਵੀ ਵਾਪਸ ਨਹੀਂ ਆਉਂਦਾ, ਉਹ ਜੋਬਨ ਨਹੀਂ ਮੁੜਦਾ। ਸੈਕਿੰਡ ਲਾਈਨ ਦੇਖੋ, ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ,
ਪੱਧਰਾ ਵੱਜ ਜਾਣਾ ਮੁਹਾਵਰਾ ਹੈ ਨੋਟ ਕਰ ਲਓ ਭੱਜ ਜਾਣਾ ਦੂਰ ਹੋ ਜਾਣਾ ਇਹ ਸਭ ਨੂੰ ਸੱਚਾਈ ਪਤਾ ਹੈ ਕਿ ਜੀਵਨ ਦੀਆਂ ਸਟੇਜਿਸ ਨੇ ਜੀਵਨ ਦੀਆਂ ਕਿਹੜੀਆਂ ਸਟੇਜਿਸ ਨੇ ਤੁਹਾਨੂੰ ਪਤਾ ਹੈ ਬਚਪਨ ਜਵਾਨੀ ਯੈਸ ਬੇਟੇ ਅਗਲੀ ਸਟੇਜ ਬੁਢਾਪਾ ਬਚਪਨ ਨਿਕਲ ਗਿਆ ਵਾਪਸ ਨਹੀਂ ਆਉਣਾ ਤੁਹਾਨੂੰ ਪਤਾ ਹੈ ਨਾ ਬੱਚੇ ਤੁਹਾਡਾ ਬਚਪਨ ਨਿਕਲ ਚੁੱਕਾ ਵਾਪਸ ਆਏਗਾ ਵਾਪਸ ਲਿਆ ਸਕਦੇ ਹੋ ਹੁਣ ਤੁਸੀਂ ਜਵਾਨੀ ਵਿੱਚ ਪੈਰ ਰੱਖਿਆ ਤੇ ਜਵਾਨੀ ਵੀ ਚਲੇ ਜਾਣੀ ਹੈ ਸੈਕਿੰਡ ਲਾਈਨ ਕੀ ਕਹਿੰਦਾ ਹੈ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ ਜਿਹੜਾ ਜਵਾਨੀ ਦਾ ਸਮਾਂ ਲੰਘ ਗਿਆ ਬਚਪਨ ਦਾ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਣਾ ਥਰਡ ਲਾਈਨ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਪਰਤਨ ਨਾ ਪਤਨਾ ਤੇ ਇਹ ਦਾਨੇ ਕਹਿ ਗਏ ਦਾਨੇ ਦਾ ਮੀਨਿੰਗ ਲਿਖੋ ਵਿਦਵਾਨ ਸਿਆਣੇ ਕਹਿੰਦੇ ਸਿਆਣੇ ਲੋਕਾਂ ਨੇ ਇਹ ਗੱਲ ਸੱਚ ਆਖ ਦਿੱਤੀ ਹੈ ਕਿ ਦਰਿਆਵਾਂ ਦਾ ਪਾਣੀ ਜਿਹੜਾ ਇੱਕ ਵਾਰੀ ਵਹਿ ਜਾਂਦਾ ਹੈ ਉਹ ਦਰਿਆਵਾਂ ਵਿੱਚ ਵਾਪਸ ਨਹੀਂ ਆਉਂਦਾ ਪਤਨਾ ਤੇ ਪਤਨਾ ਵੀ ਦਰਿਆਵਾਂ ਤੇ ਵਾਪਸ ਨਹੀਂ ਆਉਂਦਾ ਵਾਪਸ ਨਹੀਂ ਆਉਂਦਾ ਜਿਹੜੇ ਵਹਿ ਜਾਂਦੇ ਨੇ ਪਾਣੀ ਵਗਦੇ ਹੀ ਰਹਿਣ ਤਾਂ ਉਹ ਸਵੱਛ ਵੀ ਰਹਿੰਦੇ ਨੇ ਖੜੋਣੇ ਵੀ ਨਹੀਂ ਚਾਹੀਦੇ ਖੜੋਤੇ ਪਾਣੀ ਬਦਬੂ ਮਾਰਦੇ ਨੇ ਗੰਦਗੀ ਉਹਨਾਂ ਉੱਪਰ ਮਿੱਟੀ ਦੀਆਂ ਲੇਅਰਸ ਜਿਹੜੇ ਛੱਪਾ ਟੋਬਿਆਂ ਚ ਪਾਣੀ ਖੜੇ ਹੁੰਦੇ ਨੇ ਉਹ ਵਰਤੋਂ ਵਿੱਚ ਨਹੀਂ ਆਉਂਦੇ ਪਵੀ ਕਹਿ ਕੀ ਕਹਿੰਦਾ ਥਰਡ ਲਾਈਨ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਪਰਤਨ ਨਾ ਪਤਨਾ ਤੇ ਇਹ ਦਾਨੇ ਕਹਿ ਗਏ ਦਾਨੇ ਦਾ ਮੀਨਿੰਗ ਦੱਸੋ ਸਿਆਣੇ ਪੜ੍ਹੇ ਲਿਖੇ ਵਿਦਵਾਨ ਤਜਰਬੇਕਾਰ ਸਿਆਣਿਆਂ ਨੇ ਗੱਲ ਸਮਝਾ ਦਿੱਤੀ ਹੈ ਕਿ ਜਿਹੜੇ ਦਰਿਆਵਾਂ ਵਿੱਚ ਇੱਕ ਵਾਰੀ ਪਾਣੀ ਵਗ ਜਾਂਦੇ ਹਨ ਉਹ ਵਾਪਸ ਪਤਨਾ ਵਿੱਚ ਨਹੀਂ ਆਉਂਦੇ ਨੈਕਸਟ ਲਾਸਟ ਲਾਈਨ ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਮੀਨਿੰਗ ਲਿਖੋ ਤਕਦੀਰ ਕਿਸਮਤ ਤਦਬੀਰ ਯਤਨ ਕੋਸ਼ਿਸ਼ ਦਾਨੇ ਸਿਆਣੇ ਸਿਆਣੇ ਵਿਦਵਾਨ ਲੋਕ ਇਹ ਕਹਿ ਗਏ ਹਨ ਦਰਿਆਵਾਂ ਦਾ ਪਾਣੀ ਜੇ ਇੱਕ ਵਾਰੀ ਵਹਿ ਜਾਂਦਾ ਹੈ ਤਾਂ ਉਹ ਪਤਨਾ ਵਿੱਚ ਵਾਪਸ ਨਹੀਂ ਆਉਂਦਾ ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਜਿਹੜੀ ਕਿਸਮਤ ਨੇ ਸਾਡੇ ਤੋਂ ਇੱਕ ਵਾਰੀ ਖੋ ਲਿਆ ਜਿਹੜੀ ਕਿਸਮਤ ਨੇ ਸਾਡੇ ਤੋਂ ਇੱਕ ਵਾਰੀ ਜੋ ਖੋ ਲਿਆ ਉਹ ਯਤਨ ਕਰਨ ਤੇ ਵੀ ਵਾਪਸ ਨਹੀਂ ਆਉਂਦਾ ਅਗਲੀ ਲਾਈਨ ਕਿਸਮਤ ਨੇ ਜੋ ਸਾਡੇ ਹੱਥੋਂ ਸਾਡਾ ਕੁਛ ਖੋ ਲਿਆ ਉਹ ਯਤਨ ਕੋਸ਼ਿਸ਼ ਕਰਨ ਤੇ ਵੀ ਵਾਪਸ ਨਹੀਂ ਆਉਂਦਾ ਤਦਬੀਰ ਦਾ ਮਤਲਬ ਹੈ ਕੋਸ਼ਿਸ਼ ਯਤਨ ਔਰ ਤਕਦੀਰ ਦਾ ਮਤਲਬ ਹੈ ਕਿਸਮਤ ਲਾਸਟ ਲਾਈਨ ਫਸਟ ਪੈਰੇ ਦੀ ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਹੈ ਪੈ ਗਈ ਕਹਿੰਦਾ ਪੁਰਾਣੀ ਤੇ ਨਵੀਂ ਤਹਿਜ਼ੀਬ ਦੀਆਂ ਗੱਲਾਂ ਚੱਲੀਆਂ ਕਵੀ ਕਹਿੰਦਾ ਇਸ ਕਰਕੇ ਇਹ ਗੱਲ ਸਪਸ਼ਟ ਕਰਨੀ ਪੈ ਗਈ ਕਿ ਪੁਰਾਣੀ ਸਭਿਅਤਾ ਬੜੀ ਚੰਗੀ ਸੀ ਉੱਥੋਂ ਦੀ ਰਹਿਣੀ ਬਹਿਣੀ ਪੁਰਾਣੇ ਸਮੇਂ ਦੀ ਝੂਠੀ ਸ਼ਾਨਾ ਸ਼ੌਕਾ ਤੇ ਦਿਖਾਵੇ ਤੋਂ ਰਹਿਤ ਸੀ ਪਰ ਜਿਹੜੀ ਨਵੀਂ ਤਹਿਜ਼ੀਬ ਹੈ ਉਹ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਹੈ ਇਸ ਗੱਲ ਦਾ ਕਵੀ ਨੂੰ ਦੁੱਖ ਹੈ ਪਰ ਇਹ ਗੱਲ ਕਹਿਣਾ ਕਵੀ ਕਹਿੰਦਾ ਮੈਂ ਰਹਿ ਨਹੀਂ ਸਕਦਾ ਗੱਲਾਂ ਹੁਣ ਚੱਲੀਆਂ ਤਾਂ ਗੱਲ ਲਾਸਟ ਲਾਈਨ ਕੀ ਕਹਿੰਦੀ ਹੈ ਗੱਲਾਂ ਹੁਣ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਕਿਹੜੀਆਂ ਗੱਲਾਂ ਚੱਲੀਆਂ ਬੇਟੇ ਕਿਹੜੀਆਂ ਗੱਲਾਂ ਚੱਲੀਆਂ ਪੁਰਾਣੀ ਤੇ ਨਵੀਂ ਤਹਿਜ਼ੀਬ ਦੀਆਂ ਗੱਲਾਂ ਚੱਲੀਆਂ ਪੁਰਾਣੀ ਤੇ ਨਵੀਂ ਸਭਿਅਤਾ ਤਹਿਜ਼ੀਬ ਸਭਿਅਤਾ ਨੂੰ ਵੀ ਕਹਿੰਦੇ ਆ ਸਭਿਅਤਾ ਵੀ ਲਿਖ ਲਓ ਬੇਟੇ ਕਵੀ ਕਹਿੰਦਾ ਪੁਰਾਣੀ ਤੇ ਨਵੀਂ ਸਭਿਅਤਾ ਦੀਆਂ ਗੱਲਾਂ ਚੱਲੀਆਂ ਤਾਂ ਮੈਨੂੰ ਵੀ ਇਹ ਗੱਲ ਕਹਿਣ ਤੋਂ ਮੈਂ ਸੰਕੋਚ ਨਹੀਂ ਕਰਦਾ ਕਿ ਜਿਹੜੀ ਪੁਰਾਣੀ ਰਹਿਣੀ ਬਹਿਣੀ ਸੀ ਬਹੁਤ ਹੀ ਚੰਗੀ ਸੀ
ਪਰ ਜਿਹੜੀ ਨਵੀਂ ਸਭਿਅਤਾ ਹੈ, ਨਵੀਂ ਤਹਿਜ਼ੀਬ ਹੈ, ਉਹ ਉਨੀ ਚੰਗੀ ਨਹੀਂ ਹੈ, ਕਿਉਂਕਿ ਉਹਦੇ ਤੇ ਪੱਛਮੀ ਸਭਿਅਤਾ ਦਾ ਪ੍ਰਭਾਵ ਹੈ। ਉਹਦੇ ਵਿੱਚ ਫਸਟ ਪੈਰੇ ਚ ਆਪਾਂ ਕੀ ਪੜਿਆ ਬੇਟੇ, ਇੱਕ ਵਾਰੀ ਸਮਾਂ ਹੱਥੋਂ ਲੰਘ ਗਿਆ ਵਾਪਸ ਨਹੀਂ ਆਉਂਦਾ, ਇੱਕ ਵਾਰੀ ਜਵਾਨੀ ਤੇ ਬਚਪਨ ਦਾ ਸਮਾਂ ਲੰਘ ਗਿਆ ਤਾਂ ਉਹ ਜਵਾਨੀ ਤੇ ਬਚਪਨ ਵਾਪਸ ਨਹੀਂ ਆਉਣਾ। ਨੈਕਸਟ ਕੀ ਲਾਈਨ ਕੀ ਪੜੀ ਹੈ, ਦਰਿਆਵਾਂ ਦੇ ਪਾਣੀ ਜਦੋਂ ਇੱਕ ਵਾਰੀ ਵਹਿ ਜਾਂਦੇ ਨੇ ਉਹ ਪੱਤਣਾ ਤੇ ਵਾਪਸ ਨਹੀਂ ਆਉਂਦੇ। ਕਲੀਅਰ ਬੇਟੇ, ਜਿਹੜੀ ਚੀਜ਼ ਸਾਡੀ ਕਿਸਮਤ ਨੇ ਖੋ ਲਈ ਉਹ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਵਾਪਸ ਨਹੀਂ ਮਿਲਦੀ, ਵਾਪਸ ਨਹੀਂ ਮਿਲਦੀ। ਇਸੇ ਤਰ੍ਹਾਂ ਹੀ ਕਵੀ ਕਹਿੰਦਾ ਜੇ ਹੁਣ ਗੱਲਾਂ ਚੱਲੀਆਂ ਨੇ ਪੁਰਾਣੀ ਤੇ ਨਵੀਂ ਸਭਿਅਤਾ ਦੀਆਂ ਤਾਂ ਮੈਂ ਇਹ ਕਹਿਣ ਤੋਂ ਸੰਕੋਚ ਨਹੀਂ ਕਰਦਾ ਕਿ ਪੁਰਾਣੀ ਰਹਿਣੀ ਬਹਿਣੀ ਬਹੁਤ ਚੰਗੀ ਸੀ ਤੇ ਨਵੀਂ ਰਹਿਣੀ ਬਹਿਣੀ ਦਿਖਾਵੇ ਵਾਲੀ ਹੈ, ਜਿਹਦੇ ਵਿੱਚ ਵੱਲ ਛਲ ਹੈ, ਧੋਖਾ ਹੈ, ਫਰੇਬ ਹੈ, ਜਿਸ ਵਿੱਚ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਹੈ। ਫਸਟ ਪੈਰਾ ਕਲੀਅਰ ਹੋ ਗਿਆ ਬੱਚੇ, ਸਭ ਨੂੰ ਕਲੀਅਰ ਹੈ ਬੇਟੇ? ਸੈਕਿੰਡ ਪੈਰਾ, ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ। ਅਗਲੀ ਲਾਈਨ ਦੇਖੋ, ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ। ਕਵੀ ਕੀ ਕਹਿੰਦਾ ਕਿ ਅਸੀਂ ਆਪਣੀ ਸਭਿਅਤਾ ਹੀ ਨਹੀਂ ਗਵਾਈ, ਅਸੀਂ ਆਪਣੀ ਪਹਿਲੀ ਸਭਿਅਤਾ ਹੀ ਨਹੀਂ ਗਵਾਈ, ਸਗੋਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਅਕਲ ਵਾਲੇ ਹੀ ਨਹੀਂ ਰਹੇ। ਤਹਿਜ਼ੀਬ ਗਵਾਉਣ ਨਾਲ ਅਸੀਂ ਕੀ ਗਵਾ ਲਈ ਬੇਟੇ? ਆਪਣੀ ਅਕਲ ਹੀ ਗਵਾ ਲਈ। ਇਹਦਾ ਮਤਲਬ ਅਸੀਂ ਸਮਝਦਾਰ ਹੀ ਨਹੀਂ ਆ, ਜੋ ਅਸੀਂ ਵੱਡੇ ਵਡੇਰਿਆਂ ਦੀਆਂ ਗੱਲਾਂ ਨੂੰ ਆਪਣੇ ਪੱਲੇ ਨਹੀਂ ਬੰਨਿਆ ਕਿ ਅਸੀਂ ਸਾਦਗੀ, ਉੱਚਾ ਸੁੱਚਾ ਜੀਵਨ, ਰਿਸ਼ਤਿਆਂ ਦੀ ਅਹਿਮੀਅਤ ਨੂੰ ਗਵਾਉਣਾ ਮੀਨ ਆਪਣੀ ਅਕਲ ਵਾਲੇ ਨਹੀਂ ਰਹੇ। ਇਹ ਸਾਡੀ ਬੇਸਮਝੀ ਹੈ, ਸਾਡੀ ਮੂਰਖਤਾ ਹੈ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਭ੍ਰਿਸ਼ਟ ਹੋ ਗਈ। ਅਕਲ ਮੀਨਸ ਬੁੱਧੀ ਸਾਡੀ ਭ੍ਰਿਸ਼ਟ ਹੋ ਗਈ, ਅਸੀਂ ਕਿਹੜੇ ਰਸਤੇ ਤੇ ਚੱਲ ਪਏ। ਅਗਲੀ ਲਾਈਨ, ਕਪਲਾ ਗਊ ਦੇ ਕੇ ਘਰੋਂ ਇੱਕ ਖੋਤੀ ਵਟਾ ਲਈ। ਕਪਲਾ ਗਊ ਕਾਹਦਾ ਦ੍ਰਿਸ਼ਟਾਂਤ ਹੈ ਬੇਟੇ? ਖੁਸ਼ਹਾਲੀ ਦਾ। ਤੇ ਖੋਤੀ ਕਾਹਦਾ ਦ੍ਰਿਸ਼ਟਾਂਤ ਹੈ? ਝੂਠੀ ਸ਼ਾਨ ਸ਼ੌਕਤ, ਦਿਖਾਵਾ, ਦੁੱਖਾਂ ਨੂੰ ਸਹੇੜ ਲਿਆ ਸੀ। ਕਪਲਾ ਗਊ, ਗਊ ਦਾ ਜਾਇਆ ਕਹਿੰਦੇ ਬੜੀ ਸ਼ਰਾਫਤ ਸਾਡੀ ਜ਼ਿੰਦਗੀ ਚੋਂ ਨਿਕਲ ਗਈ, ਬੇਈਮਾਨੀ ਆ ਗਈ, ਠੱਗੀ ਚੋਰੀ ਦਾ ਰਸਤਾ ਅਸੀਂ ਇਖਤਿਆਰ ਕਰ ਲਿਆ, ਪੈਸੇ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਗਏ ਅਸੀਂ ਸਾਰੇ। ਕਪਲਾ ਗਊ ਕਾਹਦਾ ਦ੍ਰਿਸ਼ਟਾਂਤ ਹੈ ਬੇਟੇ? ਖੁਸ਼ਹਾਲੀ ਦਾ, ਸੁੱਖ ਸ਼ਾਂਤੀ ਦਾ, ਸ਼ਰਾਫਤ ਦਾ, ਸਾਦਗੀ ਦਾ। ਤੇ ਖੋਤੀ ਕਾਹਦਾ ਦ੍ਰਿਸ਼ਟਾਂਤ ਹੈ? ਦੁੱਖ ਨੂੰ ਸੇੜਨ ਦਾ। ਅਸੀਂ ਪੁਰਾਣੀ ਸਭਿਅਤਾ ਨੂੰ ਤਿਆਗ ਕੇ ਨਵੀਂ ਸਭਿਅਤਾ ਨੂੰ ਅਪਣਾਉਣਾ ਮੀਨ ਆਪਣੇ ਆਪ ਨੂੰ ਦੁੱਖਾਂ ਵਿੱਚ ਪਾ ਲਿਆ, ਉਲਝਣਾਂ ਵਿੱਚ, ਪਰੇਸ਼ਾਨੀਆਂ ਦੇ ਵਿੱਚ, ਪਰੇਸ਼ਾਨੀਆਂ ਉਲਝਣਾਂ ਵਿੱਚ ਪਾ ਲਿਆ। ਕਿਹੜੀ ਸਭਿਅਤਾ ਨੂੰ ਗਵਾ ਕੇ? ਪੁਰਾਣੀ ਸਭਿਅਤਾ ਨੂੰ ਗਵਾਉਣਾ ਮੀਨ ਅਸੀਂ ਸਿਆਣੇ ਹੀ ਨਹੀਂ ਰਹੇ, ਅਸੀਂ ਆਪਣੀ ਅਕਲ ਗਵਾ ਲਈ। ਕਲੀਅਰ ਹੈ ਬੇਟੇ? ਬਾਕੀ ਆਪਾਂ ਕੱਲ ਦੀ ਕਲਾਸ ਚ ਕਰਾਂਗੇ। Thank you so much.